फिर जावे ता जावे सादा सिखी सिद्ध ना जावे फिर जावे ता जावे सादा सिखी सिद्ध ना जावे खोटी मत करनी के शराब पीनी दुरे बुरे कम करने नाच वेखने अते भैड़े आचारां च लगे रहना सिनमियां च भैड़ियां मूर्तां वेखनियां जिस करके जीवन अपनियां धियां दा भैणां दा लड़कियां दा माता पिता दा भी सारा खराब हो जाए आपदा जीवन भी गंदा करके कई रेलां दे हेठां सिर दे के मर जांदे है कोई जहर खा के मर जांदे है ऐडे खोटी दुरमत वाले जेड़ा उन्हां दी संग च रजदा है वह भी इसे प्रकार व्यर्थ जांदा है। आ जदों दी फैशनबाजी अंग्रेजा दा नकल लोग करन लगे है ऐशे च पए है आरियां ने आजादी च पए है पर बीबियां ने पुरखां ने सारियां ने निजम अपने छड़ दिते है निजम छड के दुनिया दे सिनमे वेखदे है ते जीवन उन्हां दे बिगड़ गए है चंगे आचार नहीं रहे चंगे आचार रखने वास्ते पई मास्टरियां नूं अते मास्टरां नूं सिख्या बच्चियां नूं देनी चाहीदी है जिस करके चंगे आचार वालियां बीबियां बन चंगे आचार वाले जीवन वाले बच्चे बन जिस करके दुनिया दे अंदर ये सिखी धर्म जिहड़ा वधे फुले ते प्रचार होवे ते दुनिया दे जिहड़े खोटे नियम है वह सारे टुट जाण चंगियाई वाले राह असीं तुरीए साडा भला होवे जिस करके फिर ये गंदियां गालां ਗੰਦੀਆਂ ਗੱਲਾਂ ਤੇ ਗੰਦੇ ਗਾਣੇ ਇਹਨਾਂ ਤੋਂ ਗੁਰੂ ਅਰਜਨ ਸਾਹਿਬ ਨੇ ਬਚਾਇਆ ਹਜ਼ੂਰ ਕਹਿੰਦੇ ਹਨ ਮੇਰੇ ਮੋਹਨ ਪ੍ਰਭ ਨੇ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲ ਤਬੋਲ ਆ ਜਾਏ ਮੇਰੇ ਮੋਹਨ ਪਰਮੇਸ਼ਰ ਜੀ ਸਾਡੇ ਕੰਨਾਂ ਵਿੱਚ ਇਹ ਗੱਲ ਨਾ ਪੈਣ ਦਿਆ ਜੇ ਸਾਕਤ ਕਠੋਰ ਚਿੱਤ ਗੀਤ ਨਾਦ ਧੁਨ ਗਾਵਤ ਗੀਤ ਗਾਉਂਦੇ ਨੇ ਵਾਜੇ ਵਜਾ ਜਾ ਕੇ ਉੱਚੀਆਂ ਉੱਚੀਆਂ ਧੁਨੀਆਂ ਦੇ ਨਾਲ ਤੇ ਬੋਲ ਤਬੋਲ ਆ ਜਾਏ ਬੇ ਟਿਕਾਣੇ ਦੀਆਂ ਬਥਵੀਆਂ ਦੀਆਂ ਗੱਲਾਂ ਬਥਵੀਆਂ ਜਿਹੜੇ ਮਾਰਦੇ ਹਨ ਬੇ ਟਿਕਾਣੇ ਦੀਆਂ ਗੱਲਾਂ ਜਿਹੜੇ ਇਹ ਬੋਲਦੇ ਹਨ ਵਾਜੇ ਤੇ ਇਹ ਸਾਜ ਵਜਾ ਜਾ ਕੇ ਸਾਡੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈਣ ਦਿਆ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਕੰਨ ਇਹਨਾਂ ਭੈੜੀਆਂ ਭੈੜੀਆਂ ਗਾਣਿਆਂ ਤੋਂ ਬਚੇ ਰਹਿਣ ਸੋ ਖਾਲਸਾ ਜੀ ਦਸਮ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਕਿ ਤਰਿਆ ਰਾਗ ਨਾ ਸੁਣੇ ਚਿੱਤ ਲਾਏ ਰਹਿਤਨਾਮੇ ਦਾ ਬਚਨ ਹੈ ਕਿ ਜਨਾਨੀ ਦੀ ਜਵਾਨੋ ਜਿਹੜਾ ਗੁਰੂ ਕੀ ਬਾਣੀ ਤੋਂ ਬਿਨਾਂ ਕੋਈ ਵੀ ਗਾਣਾ ਹੈ ਉਹ ਕਦੇ ਚਿੱਤ ਲਾ ਕੇ ਨਹੀਂ ਸੁਣਨਾ ਉਹ ਮਨ ਨੂੰ ਵਿਕਾਰੀ ਬਣਾ ਦੇਵੇਗਾ ਸੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਗੰਦਿਆਂ ਗਾਣਿਆਂ ਤੋਂ ਕਿਰਪਾ ਕਰਕੇ ਬਚਾਇਆ ਕਿ ਕਦੇ ਕੰਨਾਂ ਵਿੱਚ ਆਵਾਜ਼ ਭੈੜੀ ਨਹੀਂ ਪੈਣ ਦੇਣੀ ਨਾਚ ਕਦੇ ਨਹੀਂ ਵੇਖਣਾ ਗੰਦਾ ਨਾਚ ਕਦੇ ਨਹੀਂ ਵੇਖਣਾ ਪਰਾਈ ਇਸਤਰੀ ਕੀ ਪਰਾਈ ਇਸਤਰੀ ਦਾ ਨੰਗੇਜ ਜਾਂ ਉਹਦਾ ਨਾਚ ਜਾਂ ਗੰਦਾ ਗਾਣਾ ਇਹ ਜੋ ਵੀ ਸੁਣੇਗਾ ਜਾਂ ਵੇਖੇਗਾ ਦਸਮ ਪਾਤਸ਼ਾਹ ਜੀ ਉਹਨੂੰ ਤਨਖਾਹੀਆ ਕਰਾਰ ਦਿੰਦੇ ਹਨ ਮੇਰੇ ਮੋਹਨ ਰੱਬ ਨੀ ਜੇ ਨਾ ਸੁਣਾਏ ਤਾਕਤ ਗੀਤ ਨਾਦ ਧੁਨ ਗਾਵਤ ਬੋਲ ਤਬੋਲ ਆ ਜਾਏ ਕਠੋਰ ਚਿਤ ਨਾਸਤਕ ਲੋਕ ਬੇਚ ਕਾਰਨ ਦੀਆਂ ਬਥਵੀਆਂ ਗੱਲਾਂ ਗੱਲਾਂ ਸਪੀਕਰਾਂ ਵਿੱਚ ਬੋਲਦੇ ਨੇ ਵਿਸ਼ਵ ਕਾਰਨ ਪੈਦਾ ਕਰਨ ਵਾਲੇ ਮੇਰੇ ਮੋਹਨ ਪਰਮੇਸ਼ਰ ਪਿਆਰੇ ਮੇਰੇ ਕੰਨੀ ਦਾ ਗੱਲਾਂ ਪਾਵੇ ਵਿਆਹ ਸ਼ਾਦੀਆਂ ਦੇ ਮੌਕੇ ਤੇ ਪੈਸੇ ਖਰਚ ਖਰਚ ਕੇ ਗੰਦੇ ਸਪੀਕਰ ਲਿਆ ਕੇ ਵਜਾ ਕੇ ਧੀਆਂ ਭੈਣਾਂ ਤੇ ਨੌਜਵਾਨਾਂ ਤੇ ਆਪਣੇ ਚਿੱਤ ਨੂੰ ਖਰਾਬ ਕਰਨਾ ਇਹ ਬੰਦਿਆਂ ਦਾ ਕੰਮ ਥੋੜਾ ਹੈ ਇਹ ਪਸ਼ੂਆਂ ਦਾ ਕੰਮ ਇਹ ਮਨਮੁੱਖਾਂ ਦਾ ਕੰਮ ਇਹ ਬੇਮੁੱਖਾਂ ਦਾ ਕੰਮ ਗੁਰੂ ਕੇ ਪਿਆਰੇ ਕਦੇ ਗੰਦੀ ਆਵਾਜ਼ ਕੰਨ ਪੈਣ ਦਿੰਦੇ ਹੀ ਨਹੀਂ ਗੰਦਨ ਮੈਣ ਤੇ ਸੁਝਾਵਾ ਇਹ ਮਨਮੁੱਖਾਂ ਦੀ ਗੱਲ ਹੈ ਗੁਰੂ ਕੇ ਪਿਆਰੇ ਜਿਹੜੇ ਹਨ ਗੁਰੂ ਕੇ ਪਿਆਰੇ ਨੇ ਕੰਨਾਂ ਕੇਵਲ ਗੁਰੂ ਕੀ ਆਵਾਜ਼ ਇਹ ਸ਼ਰਵਣ ਮੇਰੇ ਉਹ ਸਾਚਾ ਸੁਣਨ ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ ਕੇਵਲ ਗੁਰੂ ਕੀ ਬਾਣੀ ਸੁਣੀ ਹੈ ਹੁਣ ਕੰਨਾਂ ਵਿੱਚ ਆਪਣੀ ਪੁਸਤਕ ਤੇ ਪਰਾਈ ਨਿੰਦਾ ਕਦੇ ਨਹੀਂ ਸੁਣੀ ਪੁਸਤਕ ਨਿੰਦਾ ਤੋਂ ਉਸੇ ਵਰਜਿਤ ਸਜਾ ਮਾਨ ਅਭਿਮਾਨਾ ਲੋਹਾ ਕੰਚਨ ਸੰਕਰ ਜਾਣਾ ਇਹ ਮਾਨ ਪ੍ਰਧਾਨਾ ਕੰਨਾਂ ਵਿੱਚ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਇਹ ਵਿਸ਼ੇਵ ਕਾਲਾਂ ਦੀ ਆਵਾਜ਼ ਨਾ ਪਵੇ।
ਤੇ ਸਿੱਖੀ ਧਰਮ ਚ ਪੱਕੇ ਹੋਵੋ ਤੇ ਖੰਡੇ ਬਾਟ ਦਾ ਅੰਮ੍ਰਿਤ ਛਕੋ, ਸ਼ਰਾਬ ਦਾ ਤੇ ਜੀਵ ਘਾਤ ਕਰਨ ਦਾ ਤਿਆਗ ਕਰੋ, ਵਿਰਸ ਵਾਲੇ ਅਖਾੜਿਆਂ ਤੋਂ ਬਚੋ ਤੇ ਆ ਭੈੜੀਆਂ ਕਰਤੂਤਾਂ ਦੀਆਂ ਟੈਲੀਵਿਜ਼ਨਾਂ ਵਿੱਚ ਆਪਾਂ ਵੇਖਦੇ ਹਾਂ, ਇਹਨਾਂ ਦਾ ਵੀ ਥੋੜਾ ਘਣਾ ਤਿਆਗ ਕਰੋ ਜੇ ਬਹੁਤਾ ਨਹੀਂ ਕਰ ਸਕਦੇ ਇੱਥੇ। ਆ ਟੈਲੀਵਿਜ਼ਨ ਲੱਗੇ ਨੇ ਮੋਰ ਦੇ ਖੰਭ ਜੇ ਗੱਡੇ ਥਾਵਾਂ ਥਾਵਾਂ ਤੇ, ਇਹ ਸਾਰੇ ਵੇਖਦੇ ਹੈ। ਹੁਣ ਕਦੇ ਮਨ ਚ ਖਿਆਲ ਕੀਤਾ ਕਿ ਸਾਡੀ ਧੀ ਵੀ ਕੋਲ ਬੈਠੀ ਹੈ, ਸਾਡੀ ਭੈਣ ਵੀ ਕੋਲ ਬੈਠੀ ਹੈ, ਸਾਡੇ ਘਰ ਵਾਲੀ ਵੀ ਕੋਲ ਬੈਠੀ ਹੈ, ਤੇ ਭਰਿਆ ਮਾਨਸਾ ਤੂੰ ਵੀ ਕੋਲ ਬੈਠਾ ਹੈ। ਉਹ ਟੈਲੀਵਿਜ਼ਨ ਵੇਖਦੇ ਹੋ ਸਿੰਘੋ, ਹੋ ਸਕਦਾ ਕਿਸੇ ਨੂੰ ਕੋਈ ਚੰਗੀ ਫੋਟੋ ਵੀ ਆਉਂਦੀ ਹੋਵੇ, ਪਰ ਬਹੁਤਾ ਸਮਾਂ ਉਹਦੇ 'ਚ ਭੈੜੀਆਂ ਫੋਟੋ ਆਉਂਦੀਆਂ, ਗੰਦੀਆਂ ਫੋਟੋ ਲੋਕਾਂ ਤੋਂ ਸੁਣਿਆ। ਮੈਂ ਤਾਂ ਵੇਖਣ ਨਾ, ਮੈਂ ਵੇਖਣ ਨਾ, ਮੈਨੂੰ ਇਹਦੀ ਇੱਛਾ ਕੋਈ, ਪਰ ਗੰਦੀਆਂ ਫੋਟੋ ਵੇਖ ਕੇ ਗੁਰਮੁਖਾ ਜੇ ਤੇਰੇ ਮਨ ਵਿੱਚ ਵਿਕਾਰ ਬੇਅੰਤ ਜ਼ਿਆਦਾ ਫੁਰ ਲੱਗ ਪਿਆ, ਤੂੰ ਇਹ ਤਾਂ ਦੱਸ ਵੀ ਧੀ ਤੇ ਭੈਣ ਦੀ ਕੀ ਹਾਲਤ ਹੁੰਦੀ ਹੋਵੇਗੀ। ਕਦੇ ਸੋਚਿਆ ਆਪਣੇ ਮਨਾਂ ਦੇ ਕੀ ਕਰ ਰਹੇ ਹੋ? ਅੱਜ ਜ਼ਮਾਨਾ ਬਣ ਗਿਆ ਧੀ ਵੀ ਨਾਲ, ਭੈਣ ਵੀ ਨਾਲ, ਘਰਵਾਲੀ ਵੀ ਨਾਲ, ਚਲੋ ਚੱਲ ਕੇ ਸਾਰਾ ਪਰਿਵਾਰ ਸਿਰਮਾ ਵੀ ਖਾਈਏ, ਜਾਂ ਤੀਆਂ ਆ ਗਏ ਨੱਚ ਟੱਪ ਆਈਏ। ਉਹ ਪਿਆਰੋ ਕਦੇ ਸਿਨਮੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ? ਕਦੇ ਤੀਆਂ ਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਪੜ੍ਹਦੇ ਵੇਖੇ ਆ? ਹੁੰਦਾ ਕੀ ਹੈ? ਬੋਲੀਆਂ ਪਾਉਣੀਆਂ, ਭੰਗੜਾ ਪਾਉਣਾ ਤੇ ਗਿੱਧੇ ਪਾਉਣੇ, ਨਾਚ ਕਰਨਾ। ਦੱਸੋ ਜਿੱਥੇ ਐਸਾ ਨੀਚਪੁਣ ਹੈ ਉੱਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ? ਕਦੇ ਇਹਨਾਂ ਚੀਜ਼ਾਂ ਵੱਲ ਖਿਆਲ ਕੀਤਾ ਆਪਾਂ? ਇੱਕੋ ਇੱਕ ਵੀ ਆਸਾਦ ਮੁੰਡਾ ਜਿਹਾ ਆ ਗਿਆ, ਨਾ ਇਹਨੂੰ ਕੋਈ ਸੰਸਾਰ ਦੀ ਵਾਹ ਲੱਗੀ ਹੈ। ਲੈ ਦੱਸੋ ਟੈਲੀਵਿਜ਼ਨ ਵੀ ਬੰਦ ਕਰੀ ਜਾਂਦਾ ਹੈ, ਰੇਡੀਓ ਵੀ ਕਹਿੰਦਾ ਗੰਦਾ ਨਾ ਸੁਣਿਆ ਕਰੋ, ਸਿਨੇਮੇ ਤੇ ਉਹਨਾਂ ਜਾ ਕਰੋ, ਮਨੋਰੰਜਨ ਕਿੱਥੋਂ ਕਰਨਗੇ? ਉਹ ਪਿਆਰਿਆ ਮਨੋਰੰਜਨ ਤਾਂ ਕਰੀ ਜਾਂਦਾ, ਪਾਏ ਕੁਹਾੜਾ ਮਾਰਿਆ ਗਾਪਲਾ ਆਪਣੇ ਹੱਥ ਵਾਲੀ ਵੀ ਗੱਲ ਤਾਂ ਨਾਲ ਬਣ ਰਹੀ, ਧੀਆਂ ਭੈਣਾਂ ਨੂੰ ਨਾਲ ਲੈ ਕੇ ਤੁਰ ਪੈਣਾ, ਕੋਈ ਸੋਚ ਤਾਂ ਨਾ ਕਰਨ ਕੀ ਲੱਗਾ। ਸਿੰਘੋ ਇਸ ਪਾਸੇ ਕਦੇ ਖਿਆਲ ਦੇਵੋ, ਸਤਿਗੁਰੂ ਗਰੀਬ ਨਿਵਾਜ ਜੀ ਸਿੱਖੀ ਧਾਰਨ ਕਰੋ, ਨਿਰਗਤ ਮਰਜਾਜ ਪਰਪੱਕ ਹੋਵੋ।